ਅੱਜ ਜਲੰਧਰ ਵਿਖੇ ਦਿਵਿਆਂਗਾਂ ਵਾਸਤੇ ਕੋਵਿਡ ਟੀਕਾਕਰਨ ਕੈਂਪ ਲਗਾਇਆ ਗਿਆ। ਸਟੇਟ ਐਡਵਾਈਜ਼ਰੀ ਬੋਰਡ ਦੇ ਮਾਹਰ ਅਮਰਜੀਤ ਸਿੰਘ ਆਨੰਦ ਨੇ ਪਹਿਲ ਕਰਦਿਆਂ 18 ਸਾਲ ਤੇ ਇਸ ਤੋਂ ਉੱਪਰ ਉਮਰ ਦੇ ਦਿਵਿਆਂਗਾਂ ਟੀਕਾਕਰਨ ਕੈਂਪ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਡਾਕਟਰ ਗਗਨਦੀਪ ਕੌਰ, ਸਮਾਜ ਸੇਵੀ ਭੁਪਿੰਦਰ ਸਿੰਘ, ਵਿਵੇਕ ਜੋਸ਼ੀ ਮੌਜੂਦ ਸਨ। ਇਸ ਮੌਕੇ ਤੇ 200 ਤੋਂ ਵੱਧ ਦਿਵਿਆਂਗ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੋਵਿਡ ਦੇ ਟੀਕੇ ਲਗਾਏ ਗਏ। मैं पंजाब सरकार नू एक मसौदा भेजा सीगा, प्रोजेक्ट भेजा सीगा कि इस प्रोजेक्ट के तहत कि साढ़े जिन्हें भी पंजाब के अंदर डिसेबल्स है उन्होंने स्पैशल कैंप लगाए जान, और स्पैशल कैंप्स विच असी साड़ी कोशिश हैगी सी क्योंकि साढ़े बच्चे इन्हों का इम्यूनिटी सिस्टम अच्छा नहीं होंदा, इस करके असी चाहते सी कि असी लाइना विच ना लगाइए ताकि एक तरह कोरोना के शिकार ना हो जाए। ਪੰਜਾਬ ਸਰਕਾਰ ਡਾਕਟਰ ਕੇ ਕੇ ਤਲਵਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈਗਾ, ਡਾਇਰੈਕਟਰ ਹੈਲਥ ਸਰਵਿਸਿਜ਼ ਡਾਕਟਰ ਸਰਦਾਰ ਗੁਰਵਿੰਦਰ ਬੀਰ ਸਿੰਘ ਸਾਹਿਬ ਜੀ ਦਾ ਬਹੁਤ ਧੰਨਵਾਦ ਹੈਗਾ ਜਿਨ੍ਹਾਂ ਨੇ ਸਾਡੀ ਰਿਕੁਐਸਟ ਨੂੰ ਮੰਨਦਿਆਂ ਸਾਰੇ ਪੰਜਾਬ ਵਿੱਚ ਸਪੈਸ਼ਲ ਕੈਂਪਸ ਨੂੰ ਓਕੇ ਕਰ ਦਿੱਤਾ, ਔਰ ਹਰ ਡਿਸਟ੍ਰਿਕਟ ਵਿੱਚ ਮੇਰੀ ਕੋਆਰਡੀਨੇਸ਼ਨ ਟੀਮਾਂ ਕੰਮ ਕਰ ਰਹੀਆਂ ਹੈਗੀਆਂ। ਅੱਜ ਜਲੰਧਰ ਦਾ ਕੈਂਪ ਅਸੀਂ ਚਾਨਣ ਐਸੋਸੀਏਸ਼ਨ ਵਡਾਲਾ ਵਿੱਚ ਲਗਾਇਆ ਗਿਆ, ਜਿਹਦੇ ਸੰਸਥਾਪਕ ਸੀਗੇ ਸਰਦਾਰ ਭੁਪਿੰਦਰ ਸਿੰਘ ਜੀ ਮੱਕੜ ਅਤੇ ਉਹਨਾਂ ਦਾ ਪਰਿਵਾਰ, ਔਰ ਇਸ ਥਾਂ 'ਤੇ ਅਸੀਂ ਹਰ ਚੀਜ਼ ਦਾ ਧਿਆਨ ਰੱਖਿਆ ਗਿਆ ਕਿ ਬੱਚਿਆਂ ਨੂੰ ਪਹਿਲੇ ਆਉਂਦਿਆਂ ਹੀ ਬੈਠਣ ਦੀ ਸੁਵਿਧਾ ਹੋਵੇ, ਵੈਕਸੀਨੇਸ਼ਨ ਲਗਵਾਉਣ ਉਹਦੇ ਬਾਅਦ ਫਿਰ ਬਹਿਣ ਵਾਸਤੇ ਉਹਨਾਂ ਨੂੰ ਹੋਵੇ, ਸੈਨੀਟੇਸ਼ਨ, ਐਸੈਸੇਬਲ ਬਾਥਰੂਮ, ਡਰਿੰਕਿੰਗ ਵਾਟਰ, ਹਰ ਚੀਜ਼ ਦੇ ਅਸੀਂ ਪ੍ਰੋਵੀਜ਼ਨ ਰੱਖਿਆ ਹੈਗਾ। ਅਸੀਂ ਨਾਲ ਦੇ ਨਾਲ ਕੇਅਰਗਿਵਰਸ ਨੂੰ ਵੀ ਅਸੀਂ ਵੈਕਸੀਨੇਸ਼ਨ ਦੇ ਰਹੇ ਹੈਗੇ ਹਾਂ। ਲਗਭਗ ਅੱਜ 200 ਦੇ ਆਸ ਪਾਸ ਅਸੀਂ ਅੱਜ ਵੈਕਸੀਨੇਸ਼ਨਾਂ ਅੱਜ ਕਰ ਰਹੇ ਹੈਗੇ ਹਾਂ। ਆਉਣ ਵਾਲੇ ਦਿਨਾਂ ਵਿੱਚ ਇਹ ਵੈਕਸੀਨੇਸ਼ਨ ਕੈਂਪ ਇਸੇ ਤਰ੍ਹਾਂ ਇੱਥੇ ਚੱਲਦੇ ਰਹਿਣਗੇ, ਔਰ ਨਾਲ ਹੀ ਸਾਡੀ ਇਹ ਹੈਗਾ ਕਿ ਜਿਹੜੇ ਸਾਡੇ ਗਰੀਬ ਜਿਨ੍ਹਾਂ ਕੋਲ ਕੋਈ ਸਾਧਨ ਨਹੀਂ ਹੈਗੀ, ਅਸੀਂ ਆਉਣ ਵਾਲੇ ਕੁਝ ਦਿਨਾਂ ਤੱਕ ਉਹਨਾਂ ਵਾਸਤੇ ਰਾਸ਼ਨ ਦਾ ਵੀ ਅਸੀਂ ਪ੍ਰਬੰਧ ਕਰ ਰਹੇ ਹੈਗੇ ਹਾਂ। ਅਸੀਂ ਉਹ ਉਹਨਾਂ ਨੂੰ ਲਗਭਗ 1000-1000 ਰੁਪਏ ਦਾ ਰਾਸ਼ਨ ਇੱਕ ਇੱਕ ਪਰਿਵਾਰ ਨੂੰ ਦੇਣ ਦਾ ਸਾਡਾ ਯਤਨ ਹੈਗਾ। ਬਹੁਤ ਵਧੀਆ ਕ੍ਰਮ ਹੈ, ਔਰ ਇਹਦੇ ਵਿੱਚ ਜਿਹੜੇ ਸਾਡੇ ਡਿਸੇਬਲ ਲੋਕ ਹੈਗੇ ਆ ਜਿਨ੍ਹਾਂ ਨੂੰ ਪ੍ਰਾਇਓਰਟੀ ਨਹੀਂ ਦਿੱਤੀ ਜਾਂਦੀ ਸੀ, ਅਨੰਦ ਸਾਹਿਬ ਦੀ ਮਿਹਨਤ ਨਾਲ ਅਤੇ ਮੱਕੜ ਸਾਹਿਬ ਦੀ ਐਫਰਟ ਨਾਲ ਇਹ ਹੋ ਰਿਹਾ, ਅਤੇ ਮੈਂ ਇਹਦੀ ਸ਼ਲਾਘਾ ਕਰਦਾ। ਬਹੁਤ ਅੱਛਾ ਕਦਮ ਸਰਕਾਰ ਨੇ ਚੁੱਕਿਆ, ਅਤੇ ਐਫਰਟ ਔਰਗਨਾਈਜੇਸ਼ਨ ਚਾਨਣ ਐਸੋਸੀਏਸ਼ਨ ਦੀ ਐਫਰਟ ਦੇ ਨਾਲ ਇਹ ਬਹੁਤ ਵਧੀਆ ਉਪਰਾਲਾ ਹੋ ਰਿਹਾ, ਅਤੇ ਉਹਦੇ ਸਾਡੀ ਟੀਮ ਵੀ ਲੱਗੀ ਹੋਈ ਹੈ, ਬਹੁਤ ਅੱਛਾ ਲੱਗ ਰਿਹਾ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।